के हुंदी चिट्ठी वतना दी, मैं चुम चुम मथे दे नाल लावां मिट्टी वतना दी सुल्तान। और दूसरे पासे संदीप नगरौंबिया वाला कहिंदे वी आदे वाला जिहदी खेड तों खुश हो के टवाणे नूं 2 रुपए जमीन दित्ती सी ते टवाणे दी टीम दे विच खेडदा सी। इक सुल्तान कहिंदे वी फीसा डालदा जिहनूं सुट गड्डी दे ਹੁੰਦੀ ਚਿੱਠੀ ਵਤਨਾਂ ਦੀ, ਮੈਂ ਚੁੰਮ ਚੁੰਮ ਮੱਥੇ ਦੇ ਨਾਲ ਲਾਵਾਂ ਮਿੱਟੀ ਵਤਨਾਂ ਦੀ ਸੁਲਤਾਨ। ਔਰ ਦੂਸਰੇ ਪਾਸੇ ਸੰਦੀਪ ਨਗਰੌਂਬੀਆਂ ਵਾਲਾ ਦੁਨੀਆਂ ਦਾ ਮਹਾਨ ਜਾਫੀ ਰੇਡਰ ਦੇ ਹਿੱਸੇ ਗੜਵਾ ਦੀ ਬੀ ਟੀਮ ਦੇ ਲਈ ਸੁਲਤਾਨ। ਇੱਕ ਸੁਲਤਾਨ ਕਹਿੰਦੇ ਵੀ ਆਦੇ ਵਾਲਾ ਜਿਹਦੀ ਖੇਡ ਤੋਂ ਖੁਸ਼ ਹੋ ਕੇ ਟਵਾਣਿਆਂ ਨੇ ਉਹਨੂੰ 2 ਰੁਪਏ ਜ਼ਮੀਨ ਦਿੱਤੀ ਸੀ ਤੇ ਟਵਾਣਿਆਂ ਦੀ ਟੀਮ ਦੇ ਵਿੱਚ ਖੇਡਦਾ ਸੀ। ਇੱਕ ਸੁਲਤਾਨ ਕਹਿੰਦੇ ਵੀ ਫੀਸਾ ਡਾਲਦਾ ਜਿਹਨੂੰ ਸੁੱਟ ਗੱਡੀ ਦਿੱਤੀ ਹੈ ਕਾਲਖ ਦੇ ਕਬੱਡੀ ਕੱਪ ਦੇ। ਇੱਕ ਸੁਲਤਾਨ ਤੁਹਾਡੇ ਸਾਹਮਣੇ ਹੈ ਪ੍ਰੀਤਮ ਦਾ ਸਪੁੱਤਰ ਇਸ ਸਮੇਂ ਜਿੱਥੇ ਮੇਰੀ ਆਵਾਜ਼ ਸੁਣਦੇ ਨੇ ਖੇਡ ਮੈਦਾਨ ਦੇ ਵਿੱਚ ਸਾਡੇ ਜਸਵੀਰ ਕਸੀ ਨੂੰ ਮਿਲਣ। ਆਹ ਹਿੰਮਤਪੁਰਾ ਦੀ ਟੀਮ ਹੈ ਜੋ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ, ਹਿੰਮਤਪੁਰਾ ਦੀ ਟੀਮ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ, ਫਾਈਨਲ ਮੈਚ ਖੇਡੇ ਜਾਵੇਗਾ। ਇਸ ਤੋਂ ਬਾਅਦ ਤੇ ਉਧਰਲੇ ਪਾਸੇ ਸੁਲਤਾਨ ਹੈ ਔਰ ਨਾਲ ਹੀ ਕਹਿੰਦੇ ਵੀ ਛੋਟੀ ਉਮਰ ਦਾ ਹੈ ਨੌਜਵਾਨ। ਵੱਧ ਕੇ ਹੁੰਦੀ ਚਿੱਠੀ ਵਤਨਾਂ ਦੀ, ਮੈਂ ਚੁੰਮ ਚੁੰਮ ਮੱਥੇ ਦੇ ਨਾਲ ਲਾਵਾਂ ਮਿੱਟੀ ਵਤਨਾਂ ਦੀ ਸੁਲਤਾਨ। ਔਰ ਦੂਸਰੇ ਪਾਸੇ ਸੰਦੀਪ ਨਗਰੌਂਬੀਆਂ ਵਾਲਾ ਦੁਨੀਆਂ ਦਾ ਮਹਾਨ ਜਾਫੀ ਜਿੰਨਾ ਕੀਤੀਆਂ ਮਿਹਨਤਾਂ ਉੱਠ ਤੜਕੇ ਮੁੱਲ ਪੈਂਦਾ ਹੈ ਵਿੱਚ ਮੈਦਾਨਾਂ ਦੇ ਕਿੱਲਿਆਂ ਦੇ ਵਿੱਚ ਪਿੜ ਜੁੜਦੇ ਜਦ ਭੇੜ ਹੁੰਦੇ ਨੇ ਸਾਨਾਂ ਤੇ ਕਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ ਵੱਡੇ ਜਿਗਰੇ ਵੇਖ ਜਵਾਨਾਂ ਦੇ ਅਮਨ ਡੇਰੇ ਬਾਬੇ ਨਾਨਕ ਓਏ ਜਿੰਨਾ ਮਾਰ ਗੁਰੂ ਦੀ ਚੱਲੀ ਹੈ ਉਹੀ ਖੜਦੇ ਮੂਰੇ ਤੂਫਾਨਾਂ ਦੇ ਉਹੀ ਅੜਦੇ ਨਾਲ ਤੂਫਾਨਾਂ ਦੇ ਵਾਕੇ ਆ ਤੂਫਾਨ ਮਾਲਾ ਜਿਹੜੇ ਮੈਦਾਨ ਦੇ ਵਿੱਚ ਲੜਦੇ ਆ ਸੁਲਤਾਨ ਨੇ ਕਹਿੰਦੇ ਹੁਣ ਉਹ
ਪੌੜੀਆਂ ਪੌੜੀਆਂ ਪੈ ਰਹੀ ਹੈ ਤਾਂ ਸੁਲਤਾਨ ਕਹਿੰਦੇ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਇੱਕ ਮੰਗਤ ਸੱਤੂ ਸਾਰਾ ਮਾਝਾ ਹਰੀ ਕੇ ਆ ਜਾਣਾ ਲੋ ਕਹਿੰਦੇ ਕਬੱਡੀ ਪੈ ਗਈ ਓਏ ਸੁਲਤਾਨ ਸੁਲਤਾਨ ਨੇ ਪੰਮਾ ਕੱਢ ਲਿਆ ਤੇ ਸੁਲਤਾਨ ਅੱਜ ਲੋਟ ਨਹੀਂ ਆਉਂਦਾ ਸੁਲਤਾਨ ਤੇ ਸੁਲਤਾਨ।